ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਤੁਹਾਡੇ ਸਨਮੁੱਖ ਇੱਕ ਅਹਿਮ ਮੁੱਦੇ ਬਾਰੇ ਗੱਲ ਕਰਨੀ ਚਾਹੁੰਦਾ ਹਾਂ, ਔਰ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜੋ ਵੀ ਵਿਧਾਨ ਸਭਾ 'ਚ ਚੱਲਦਾ ਰਹਿੰਦਾ ਹੈ ਔਰ ਕਈ ਅਹਿਮ ਇੰਪੋਰਟੈਂਟ ਇਸ਼ੂ ਹੁੰਦੇ ਹੈ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਅਤੇ ਬਹੁਤ ਹੀ ਇੱਕ ਅਹਿਮ ਮੁੱਦਾ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਉੱਠਿਆ, ਜਿਹਦੀ ਵਾਸਤੇ ਬਜਟ ਦੇ ਵਿੱਚ ਵੀ ਗੱਲ ਕੀਤੀ ਗਈ, ਉਹ ਸੀਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ। ਪੰਜਾਬੀ ਯੂਨੀਵਰਸਿਟੀ ਦੀ ਕੀ ਦੇਣ ਹੈ, ਪੰਜਾਬ 'ਚ ਰਹਿੰਦੇ ਲੋਕ ਭਲੀ ਭਾਤੀ ਜਾਣਦੇ ਹੈ। ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਦੇਣ ਹੈ। ਔਰ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਸਾਰੇ ਬੁੱਧੀਜੀਵ ਵਿਦਵਾਨ ਸਾਡੇ ਇਸ ਪੰਜਾਬ ਨੂੰ ਦਿੱਤੇ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਆਪਦੀਆਂ ਪੈੜਾਂ ਛੱਡੀਆਂ ਅਤੇ ਮੱਲਾਂ ਮਾਰੀਆਂ। ਔਰ ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਮੈਂ ਕਿਸੇ ਨੂੰ ਕਿਸੇ ਦੀ ਨਿੰਦਾ ਕਰਨ ਵਾਸਤੇ ਜਾਂ ਕਿਸੇ ਬਾਰੇ ਕੁਝ ਦੱਸਣ ਵਾਸਤੇ ਇੱਥੇ ਆਇਆ। ਮੈਂ ਇਸ ਵੀਡੀਓ ਦੇ ਰਾਹੀਂ ਦੁਬਾਰਾ ਫਿਰ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਆਇਆ, ਕਿਉਂਕਿ ਜੋ ਮਗਰਲੇ ਸਮੇਂ ਨਹੀਂ ਹੋਇਆ ਜਾਂ ਕੋਈ ਦਿੱਕਤਾਂ ਰਹੀਆਂ, ਮੈਂ ਇਹ ਚਾਹੁੰਦਾ ਕਿ ਬਹੁਤ ਸਾਲ ਹੋ ਗਏ ਹੁਣ ਸਾਨੂੰ ਇਹ ਸਾਰਿਆਂ ਨੂੰ ਗੱਲਾਂ ਕਰਦਿਆਂ ਕਿ ਫਲਾਨੀ ਸਰਕਾਰ ਨੇ ਨਹੀਂ ਕੁਝ ਕੀਤਾ, ਫਲਾਨੀ ਨੇ ਨਹੀਂ ਕੀਤਾ, ਫਲਾਨੀ ਨੇ ਨਹੀਂ ਕੀਤਾ, ਜੇ ਤੁਸੀਂ ਨਹੀਂ ਕੀਤਾ ਤਾਂ ਫਿਰ ਅਸੀਂ ਵੀ ਨਹੀਂ ਕਰਾਂਗੇ। ਸੋ ਜਿੱਥੇ ਪੰਜਾਬ ਦੀ ਗੱਲ ਹੈ, ਔਰ ਅਸੀਂ ਲੜਦੇ ਵੀ ਰਹੇ ਵਿਧਾਨ ਸਭਾ ਦੇ ਅੰਦਰ, ਇੱਕ ਦੂਜੇ ਦੇ ਸਾਹਮਣੇ ਬਹਿਸ ਬਸਈਆ ਵੀ ਹੋਇਆ, ਲੇਕਿਨ ਮੈਨੂੰ ਲੱਗਦਾ ਕਿ ਕੇਵਲ ਵਿਖਾਵੇ ਵਾਸਤੇ ਕੁਝ ਨਾ ਕੀਤਾ ਜਾਵੇ, ਸਾਨੂੰ ਵਾਸਤਵ ਰੂਪ ਦੇ ਵਿੱਚ ਵੀ ਸਾਨੂੰ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਨੇ। ਬਹੁਤ ਚੰਗੀ ਗੱਲ ਹੈ, ਮੈਂ ਸਰਕਾਰ ਦਾ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ, ਚੀਮਾ ਸਾਹਿਬ ਹੋਰਾਂ ਦਾ, ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਾਸਤੇ 200 ਕਰੋੜ ਰੁਪਈਆ ਰੱਖਿਆ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨੂੰ ਕਦ ਦਿਆਂਗੇ, ਲਮਸਮ ਦਿਆਂਗੇ ਜਾਂ ਕਿਸ਼ਤਾਂ ਨਾਲ ਜਾਂ ਸਾਲ ਦੇ ਵਿੱਚ ਦਿਆਂਗੇ, ਲੇਕਿਨ ਮੈਂ ਸਮਝਦਾ ਕਿ ਇੱਕ ਚੰਗਾ ਉਪਰਾਲਾ ਹੈ ਔਰ ਇੱਕ ਚੰਗਾ ਕਦਮ ਹੈ। ਔਰ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ 214 ਕਰੋੜ ਇੱਕ ਵਾਰ ਔਰ 207 ਕਰੋੜ ਇੱਕ ਵਾਰ, ਹਾਲਾਂਕਿ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕੀਤੀ ਤਾਂ ਕਈਆਂ ਨੇ ਇਸ ਗੱਲ ਨੂੰ ਟੋਕਾ ਟੋਕੀ ਕੀਤਾ। ਇਹ ਔਨ ਰਿਕਾਰਡ ਹੈਗਾ ਕਿਉਂਕਿ ਜਿਹੜੀ ਗੱਲ ਮੈਂ ਕਹਿ ਰਿਹਾ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ, ਔਰ ਇਹ ਸਾਰੀ ਯੂਨੀਵਰਸਿਟੀ ਦੇ ਪ੍ਰੋਫੈਸਰਸ, ਵਾਈਸ ਚਾਂਸਲਰਸ, ਇਹ ਸਭ ਨੂੰ ਗੱਲ ਪਤਾ ਹੋਣੀ ਹੈ, ਕੋਈ ਇਹ ਝੂਠੀ ਗੱਲ ਨਹੀਂ ਹੈ ਜੋ ਮੈਂ ਕਹਿ ਰਿਹਾ। 214 ਕਰੋੜ ਦਿੱਤਾ, 207 ਕਰੋੜ ਦਿੱਤਾ, ਅਤੇ ਹੁਣ ਇਹਨਾਂ ਨੇ 200 ਕਰੋੜ ਦੀ ਗੱਲ ਕੀਤੀ ਹੈ। ਔਰ ਵੱਖ ਵੱਖ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਤਮਾਮ ਹੋਰ ਮੁੱਖ ਮੰਤਰੀ ਸਾਹਿਬਾਨ ਵੀ, ਚੰਨੀ ਸਾਹਿਬ ਵੀ ਉੱਥੇ ਜਾ ਕੇ ਆਏ ਲਾਸਟ ਸਮੇਂ। ਹਾਲਾਂਕਿ ਪਟਿਆਲਾ ਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ, ਲੇਕਿਨ ਉਹ ਵੀ ਜੋ ਕਰਨਾ ਚਾਹੀਦਾ ਸੀ ਯੂਨੀਵਰਸਿਟੀ ਵਾਸਤੇ ਉਹ ਨਹੀਂ ਹੋ ਸਕਿਆ। ਅਸੀਂ ਉਸ ਕਾਂਗਰਸ ਪਾਰਟੀ ਦਾ ਪਾਰਟ ਰਹੇ ਹਾਂ, ਮੈਂ ਇਸ ਗੱਲ ਦੀ ਮਾਫ਼ੀ ਮੰਗਦਾ ਤੁਹਾਡੇ ਤੋਂ ਸਾਰਿਆਂ ਤੋਂ, ਲੇਕਿਨ ਜੋ ਨਹੀਂ ਹੋ ਸਕਿਆ ਆਓ ਹੁਣ ਕਰਨ ਦੀ ਕੋਸ਼ਿਸ਼ ਕਰੀਏ। ਉਸ ਤੋਂ ਬਾਅਦ ਚੰਨੀ ਸਾਹਿਬ ਜਾ ਕੇ ਆਏ, ਲੇਕਿਨ ਚੰਨੀ ਸਾਹਿਬ ਕੋਲ ਸਮਾਂ ਬੜਾ ਘੱਟ ਸੀ, ਉਹਨਾਂ ਨੇ ਕਹਿ ਗਏ ਸੀ ਕਿ ਮੈਂ ਤੁਹਾਨੂੰ 150 ਕਰੋੜ ਰੁਪਏ ਦਾ ਜਿਹੜਾ ਲੋਨ ਹੈਗਾ ਉਹ ਵੀ ਦੇ ਦਿੰਦਾ ਐਂਡ 200 ਕਰੋੜ ਹੋਰ, ਯਾਨੀ ਕਿ 350 ਕਰੋੜ ਰੁਪਏ ਦੇ ਲਗਭਗ ਉਹਨਾਂ ਨੇ ਇੱਕ ਚਿੱਠੀ ਵੀ ਕੱਢੀ ਮੰਨ ਕੇ ਆਏ। ਫਿਰ ਉਹ ਕੋਡ ਲੱਗ ਗਿਆ, ਉਹ ਦਿੱਤਾ ਨਹੀਂ ਗਿਆ, ਅਤੇ ਮੈਂ ਸਮਝਦਾ ਜਦੋਂ ਦਿੱਤਾ ਨਹੀਂ ਗਿਆ ਤਾਂ ਫਿਰ ਚਿੱਠੀ ਕੱਢਣ ਦਾ ਕੋਈ ਫਾਇਦਾ ਨਹੀਂ ਰਿਹਾ, ਉਹ ਚਿੱਠੀ ਵਿਚਾਲੇ ਤੁਰੀ ਫਿਰਦੀ ਹੈ। ਲੇਕਿਨ ਜਿਸ ਤਰ੍ਹਾਂ ਮੇਰੀ ਲੋਕਾਂ ਨਾਲ ਗੱਲ ਹੋਈ, ਪ੍ਰੋਫੈਸਰ ਸਾਹਿਬਾਨਾਂ ਨਾਲ ਜਾਂ ਯੂਨੀਵਰਸਿਟੀ ਦੇ ਜਿਹੜੇ ਲੋਕ ਸਨ ਜਿਹੜੇ ਉੱਥੇ ਕੰਮ ਕਰਦੇ ਆ, ਉਹਨਾਂ ਨੇ ਕਿਹਾ ਕਿ 200 ਕਰੋੜ ਰੁਪਏ ਜਿਹੜਾ ਸਰਕਾਰ ਨੇ ਸਾਨੂੰ ਦਿੱਤਾ ਹੈ, ਇਹਦੇ ਨਾਲ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ, ਅਸੀਂ ਧੰਨਵਾਦ ਕਰਦੇ ਹਾਂ, ਲੇਕਿਨ ਇਹਦੇ ਨਾਲ ਅਸੀਂ ਬੇਲ ਆਊਟ ਨਹੀਂ ਹੁੰਦੇ, ਯਾਨੀ ਕਿ ਜੋ ਯੂਨੀਵਰਸਿਟੀ ਦੇ ਲੋਕ ਚਾਹੁੰਦੇ ਨੇ, ਕਿਉਂਕਿ 150 ਕਰੋੜ ਰੁਪਏ ਦਾ ਯੂਨੀਵਰਸਿਟੀ ਦੇ ਬੈਂਕ ਦਾ ਕਰਜ਼ਾ ਹੈਗਾ, ਲੋਨ ਹੈਗਾ, ਜਿਹੜਾ 2.5-3 ਕਰੋੜ ਰੁਪਇਆ ਇੱਕ ਮਹੀਨੇ ਦਾ ਇੰਟਰਸਟ ਪੈ ਜਾਂਦਾ, ਵਿਆਜ ਪੈ ਜਾਂਦਾ, ਅਤੇ 30 ਕਰੋੜ ਰੁਪਇਆ ਅਗਰ ਤਨਖਾਹਾਂ ਅਤੇ ਪਲੱਸ ਇੰਟਰਸਟ ਪਾ ਕੇ ਜਿਹੜਾ ਮਹੀਨੇ ਦਾ ਯੂਨੀਵਰਸਿਟੀ ਦਾ ਅਪਰੋਕਸੀਮੇਟਲੀ 30 ਕਰੋੜ ਹੋਵੇ, 28 ਹੋਵੇ, 29 ਹੋਵੇ, ਇਹ ਲਗਭਗ ਇੰਨਾ ਖਰਚਾ ਹੈਗਾ। ਸੋ 200 ਕਰੋੜ ਰੁਪਇਆ, ਅਗਰ 30 ਕਰੋੜ ਰੁਪਇਆ ਵੀ ਮਹੀਨੇ ਦੀ ਕਿਸ਼ਤ ਆਏਗੀ
ਤਾਂ ਮੇਰਾ ਖਿਆਲ 200 ਕਰੋੜ ਰੁਪਇਆ ਸਾਢੇ 6 ਮਹੀਨਿਆਂ ਦੇ ਵਿੱਚ ਉਹ ਖਤਮ ਹੋ ਜਾਏਗਾ। ਫਿਰ ਉਹਨਾਂ ਨੂੰ ਫਿਰ ਉਹ 200 ਕਰੋੜ ਦਾ ਇੰਟਰਸਟ 150 ਕਰੋੜ ਰੁਪਏ ਦਾ ਇੰਟਰਸਟ ਪਿਆ ਕਰੇਗਾ। ਫਿਰ ਲਾਇਬਿਲਟੀਜ਼ ਉੱਥੇ ਦੀਆਂ ਉੱਥੇ ਖੜੀਆਂ ਰਹਿਣਗੀਆਂ। ਸੋ ਮੇਰੀ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ, ਔਰ ਜੇ ਇਹ ਵੀਡੀਓ ਭਗਵੰਤ ਮਾਨ ਸਾਹਿਬ ਸੁਣ ਲੈਣ ਤਾਂ ਮੈਂ ਉਹਨਾਂ ਨੂੰ ਵੀ ਇਹ ਇਸ ਵੀਡੀਓ ਦੇ ਰਾਹੀਂ ਬੇਨਤੀ ਕਰਾਂਗੇ ਕਿ 200 ਕਰੋੜ ਥੋੜ੍ਹਾ ਹੈਗਾ। ਮੇਰੀ ਬੇਨਤੀ ਹੈ ਕਿ ਇੱਕ ਤਾਂ 150 ਕਰੋੜ ਰੁਪਇਆ ਤੁਸੀਂ ਜਿਹੜਾ ਲੰਬਸਮ ਇੰਟਰਸਟ ਹੈਗਾ ਉਹ ਪਹਿਲੇ ਹੱਲੇ ਇਸੇ ਮਹੀਨੇ ਅਗਰ ਅਸੀਂ ਉਹਨਾਂ ਨੂੰ ਦੇ ਦਈਏ ਤਾਂ ਉਹ ਵਿਆਜ ਜਿਹੜਾ ਇੰਟਰਸਟ ਪੈਣਾ ਬੰਦ ਹੋ ਜਾਏਗਾ, ਦੂਜੀ ਗੱਲ। ਅਤੇ 200 ਕਰੋੜ ਰੁਪਇਆ ਮੈਨੂੰ ਲੱਗਦਾ ਘੱਟੋ ਘੱਟ 200-250 ਕਰੋੜ ਰੁਪਇਆ ਸਾਨੂੰ ਇਨੀਸ਼ੀਅਲ ਦੇਣਾ ਚਾਹੀਦਾ, ਜਿਹੜਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਇਸ ਯੂਨੀਵਰਸਿਟੀ ਦੀ। ਤੋ ਇਹਦੇ ਨਾਲ ਇਹ ਬਚ ਜਾਏਗੀ। ਬੇਸ਼ੱਕ ਉਹ ਸਕੂਲਾਂ ਦੀਆਂ ਦੀਵਾਰਾਂ ਆਪਾਂ ਲੇਟ ਕਰ ਲਾਂਗੇ, ਤੁਸੀਂ ਕਿਹਾ 100 ਸਕੂਲਾਂ ਨੂੰ ਅਸੀਂ ਮਾਡਲ ਸਕੂਲ ਬਣਾਵਾਂਗੇ, ਹਾਲਾਂਕਿ 19,000 ਸਕੂਲ ਨੇ ਉਹਦੇ ਵਿੱਚ ਪੰਜਾਬ ਦੇ ਅੰਦਰ, ਲਗਭਗ 100 ਦੀ ਥਾਂ 'ਤੇ 90 ਹੋ ਜਾਣਗੇ। ਲੇਕਿਨ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ, ਔਰ ਪਹਿਲਾਂ ਇਸ ਵੱਲ ਅਗਰ ਤੁਹਾਡੇ ਕੋਲ ਫੰਡਸ ਇਨਫ ਨਹੀਂ ਹੈ ਤਾਂ ਮੇਰਾ ਖਿਆਲ 100 ਦੀ ਥਾਂ 'ਤੇ ਉਹ ਟੀਚਾ ਆਪਾਂ 90 ਕਰ ਲਈਏ, ਅਤੇ ਲੇਕਿਨ ਯੂਨੀਵਰਸਿਟੀ ਨੂੰ ਅਸੀਂ ਬਚਾਉਣ ਦੀ ਗੱਲ ਕਰੀਏ। ਔਰ ਆਸ ਕਰਦਾ ਕਿ ਮਾਨ ਸਾਹਿਬ ਔਰ ਸਰਕਾਰ, ਕਿਉਂਕਿ ਬਦਲਾਵ ਦੇ ਰੂਪ ਦੇ ਵਿੱਚ ਲੋਕਾਂ ਨੇ ਚੁਣਿਆ, ਬੜੀਆਂ ਵੱਡੀਆਂ ਉਮੀਦਾਂ ਨੇ। ਅਕਸਰ ਹੀ ਥੱਲੇ ਕਮੈਂਟ ਆਉਂਦੇ ਆ ਕਿ ਤੁਹਾਡੀ ਸਰਕਾਰ ਨੇ ਕੀ ਕੀਤਾ, ਤੁਸੀਂ ਕਿਉਂ ਨਹੀਂ ਕੀਤਾ। ਬਿਲਕੁਲ ਮੈਂ ਉਸ ਗੱਲ ਦੀ ਮਾਫ਼ੀ ਵੀ ਮੰਗਦਾ, ਔਰ ਮੈਂ ਸਮਝਦਾ ਕਿ ਜੋ ਅਸੀਂ ਨਹੀਂ ਕੀਤਾ ਕੋਈ ਹੋਰ ਕਰਕੇ ਦਿਖਾਵੇ। ਔਰ ਮੈਂ ਕ੍ਰਿਟਿਸਿਜ਼ਮ ਲਈ ਇਹ ਵੀਡੀਓ ਨਹੀਂ ਬਣਾ ਰਿਹਾ, ਮੈਂ ਨਾ ਕਿਸੇ ਗੱਲ, ਮੈਂ ਤਾਂ ਇੱਕ ਅਪੀਲ ਵਾਸਤੇ। ਔਰ ਜ਼ਿਆਦਾ ਤੋਂ ਜ਼ਿਆਦਾ ਲੋਕ, ਮੈਂ ਸਭ ਨੂੰ ਕਹੂੰਗਾ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਨੇ, ਚਾਹੇ ਉਹ ਆਮ ਆਦਮੀ ਪਾਰਟੀ ਨਾਲ, ਚਾਹੇ ਉਹ ਬੀਜੇਪੀ ਨਾਲ, ਚਾਹੇ ਕਾਂਗਰਸ ਨਾਲ, ਅਸੀਂ ਇਸ ਗੱਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂਗੇ ਕਿ ਦਿਸ ਇਜ਼ ਅ ਮੋਸਟ ਇੰਪੋਰਟੈਂਟ ਇਸ਼ੂ। ਤਾਂ ਮੈਨੂੰ ਲੱਗਦਾ ਕਿ ਸਰਕਾਰ ਹੋ ਸਕਦਾ, ਕਿਉਂਕਿ ਵਿੱਦਿਆ ਦੇ ਖੇਤਰ ਵਿੱਚ ਬਹੁਤ ਚੰਗੇ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ, ਪੰਜਾਬ ਦਾ ਜਿਹੜਾ ਮਿਆਰ ਹੈ ਹੋਰ ਚੁੱਕਣਾ, ਉੱਚਾ ਚੁੱਕਣਾ ਚਾਹੁੰਦੇ ਹੈ ਮਾਨ ਸਾਹਿਬ। ਸੋ ਉਮੀਦ ਕਰਾਂਗਾ ਕਿ ਅਸੀਂ ਸਾਰੇ ਇਹਦੇ 'ਤੇ ਜ਼ੋਰ ਦਈਏ, ਔਰ ਸਰਕਾਰ ਨੂੰ ਬੇਨਤੀ ਹੈ ਮੇਰੀ, ਮਾਨ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਅਗਰ ਤੁਸੀਂ 150 ਕਰੋੜ ਰੁਪਇਆ ਉਹ ਲੰਬਸਮ ਉਹ, ਅਤੇ 200 ਕਰੋੜ ਰੁਪਇਆ ਹੋਰ ਇਨੀਸ਼ੀਅਲ ਜੇ ਤੁਸੀਂ ਦਿਓਗੇ ਜਿਹੜਾ ਬਜਟ 'ਚ ਤੁਸੀਂ ਰੱਖਿਆ ਹੋਇਆ, ਤਾਂ ਮੈਨੂੰ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਜਿੱਥੋਂ ਹੋਂਦ ਸ਼ੁਰੂ ਹੁੰਦੀ ਹੈ, ਸੋ ਬਚੀ ਰਹੇਗੀ, ਔਰ ਦੁਨੀਆ ਤੁਹਾਨੂੰ ਯਾਦ ਰੱਖੇਗੀ ਮਾਨ ਸਾਹਿਬ। ਲੋਕ ਕਹਿਣਗੇ ਕਿ ਤੁਸੀਂ ਆਪ ਕਹਿੰਦੇ ਹੋ ਕਿ ਵਿੱਦਿਆ ਤਾਂ ਕਰਜ਼ੇ 'ਚ ਹੋਣੀ ਨਹੀਂ ਚਾਹੀਦੀ, ਫਿਰ ਤੁਹਾਡੇ ਹੁੰਦੇ ਵਿੱਦਿਆ ਕਰਜ਼ੇ 'ਚ ਨਹੀਂ ਹੋਣੀ ਚਾਹੀਦੀ, ਮੈਂ ਉਮੀਦ ਕਰਦਾ ਔਰ ਬੇਨਤੀ ਕਰਦਾ ਕਿ ਤੁਸੀਂ ਇਹਦੇ 'ਤੇ ਜ਼ਰੂਰ ਵਿਚਾਰ ਕਰੋ।